ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬੀਜੇਪੀ ਦੇ ਆਗੂ ਨੇ ਇੱਕ ਸੱਚ ਬੋਲ ਦਿੱਤਾ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਗੁਰਦੁਆਰੇ ਆ ਇਹ ਉਖਾੜ ਕੇ ਸਿੜ ਦਾਂਗੇ ਸਾਡੇ ਵਾਸਤੇ ਨਾ ਸੂਰ ਬਣ ਗਿਆ ਨੂਸੂਰਾਂ ਨੂੰ ਪੱਟ ਕੇ ਸਿੜ ਦਾਂਗੇ ਸੱਚ ਨਿਕਲ ਗਿਆ ਕੱਲ ਮੂੰਹ ਦੇ ਵਿੱਚੋਂ ਬਾਅਦ ਦੇ ਵਿੱਚ ਮਾਫੀ ਮੰਗ ਗਿਆ ਕਿ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਜੀ ਪਤਾ ਨਹੀਂ ਕਿਵੇਂ ਕਹਾ ਗਿਆ ਮਾੜਾ ਮੈਂ ਕਹਿਣਾ ਤਾਂ ਪਤਾ ਨਹੀਂ ਦੂਜੇ ਧਰਮਾਂ ਯਾਰ ਕਿਉਂ ਦੂਜੇ ਧਰਮਾਂ ਨੂੰ ਵੀ ਕਿਉਂ ਕਹਿਣਾ ਕਿਹੜੀ ਗੱਲ ਉਹ ਕਹਿਣਾ ਦੂਜੇ ਧਰਮਾਂ ਨੂੰ ਮੈਂ ਭਾਜਪੀ ਦੀ ਸੋਚ ਤੇ ਫੁੱਲ ਚੜਾ ਦੇਵਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਤੋਂ ਐਸਵਾਈਐ ਲੈ ਕੇ ਜਾਉਂਗੇ 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 ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਮੈਂ ਇਸ ਗੱਲ ਦੀ ਗਵਾਹੀ ਦਿੰਦਾ ਜਿਹੜੀ ਕੱਲ੍ਹ ਬੀਜਪੀ ਦੇ ਆਗੂ ਦੇ ਮੂੰਹ ਚੋਂ ਬਿਆਨ ਨਿਕਲੇ ਆ ਤੇ ਜਿਹੜਾ ਅਯੋਗੀ ਦਿੱਤਿਆਨਾਥ ਨੇ ਤਾੜੀਆਂ ਮਾਰੀਆਂ ਉਸ ਮਸਲੇ ਜਿਹੜਾ ਗੱਲ ਤੇ ਮੈਂ ਇਹ ਵੀ ਤੁਹਾਨੂੰ ਕਹਿੰਦਾ ਤੁਸੀਂ ਇਹ ਵਾਕਈ ਕੰਮ ਕਰੋਗੇ 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 ਤੁਹਾਨੂੰ ਕੋਈ ਰੋਕਣ ਵਾਲਾ ਕੋਈ ਨਹੀਂਗਾ ਯਾਦ ਰੱਖੋ ਜੇ ਆਉਣ ਵਾਲਾ ਰਾਜ ਤੁਹਾਡਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਤੋਂ ਨਹੀਂ ਰੋਕ ਸਕਦਾ ਉਹਦੇ ਕਾਰਨ ਮੈਂ ਦਿੰਨਾ ਕਿਉਂਕਿ ਸਾਡੀ ਪੰਜਾਬ ਦੀ ਨੌਜਵਾਨੀ ਇੱਕ ਤਾਂ ਸੱਤ ਸਮੁੰਦਰੋਂ ਪਾਰ ਜਾਈ ਜਾਂਦੀ ਆ ਦੂਜੀ ਜਿਹੜੀ ਨੌਜਵਾਨੀ ਆ ਉਹ ਆ ਛਮਸ਼ਾਨ ਘਾਟ ਦੇ ਵਿੱਚ ਆ ਕੇ ਚਿੱਟੇ ਲਾਉਂਦੀ ਆ ਮੈਂ ਦੱਸ ਰਿਆਂ ਕਿ ਇੱਥੇ ਚਿੱਟਾ ਲਾਉਂਦੀ ਆ ਕੇ ਮੈਂ ਪੁਲਿਸ ਨੂੰ ਕਾਲ ਐਪਲੀਕੇਸ਼ਨ ਵੀ ਲਿਖ ਕੇ ਦੇ ਕੇ ਆਇਆ ਮੈਂ ਹੁਣੇ ਇੱਕ ਮੁੰਡਾ ਭਜਾਇਆ ਬਾਹਰ ਮੈਂ ਪੰਨੀਆਂ ਇੱਥੋਂ ਸਿਰਦਾ ਰਹਿਣਾ ਪਹਿਲੀ ਨੌਜਵਾਨੀ ਸਮਝਦਾਰ ਤੇ ਸੂਝਵਾਨ ਉਹ ਜਾ ਰਹੀ ਆ ਸੱਤ ਸਮੁੰਦਰੋਂ ਪਾਰ ਔਰ ਜਿਹੜੇ ਬੱਚੇ ਆ ਉਹ ਨਸ਼ੇ ਦੇ ਵਿੱਚ ਮਰੀ ਜਾਂਦੇ ਆ ਉਹਨਾਂ ਦਾ ਇੱਕੋ ਇੱਕ ਟਿਕਾਣਾ ਆ ਜਿਹੜੀ ਆ ਬਣਾਈ ਪਈ ਇੱਥੇ ਜਿਹੜੀ ਕਹ ਲੋ ਭੱਠੀ ਬਣਾਈ ਪਈ ਆ ਇੱਥੇ ਭਾਂਬੜ ਮਚਾ ਦਿੰਦੇ ਇਹਨਾਂ ਦਾ ਦੂਜੇ ਨੰਬਰ ਤੇ ਜਿਹੜੇ ਤੀਜੇ ਨੰਬਰ ਤੇ ਜਿਹੜੇ ਬਚਣਗੇ ਇਸ ਪੰਜਾਬ ਦੇ ਵਿੱਚ ਉਹ ਤੁਹਾਡੇ ਅਫਸਰ ਬਣ ਜਾਣਗੇ ਉਹ ਤੁਹਾਡੇ ਵਿਰੁੱਧ ਨਹੀਂ ਜਾ ਸਕਦੇ ਯਾਦ ਰੱਖ ਲੋ ਮੈਂ ਕੋਈ ਗੱਲ ਝੂਠ ਨਹੀਂ ਕਹਿ ਰਿਹਾ ਜੇ ਗੱਲ ਕਰੀਏ ਚੌਥੇ ਬੈਚ ਦੀ ਚੌਥਾ ਬੈਚ ਤੁਹਾਡੇ ਮੰਤਰੀ ਬਣ ਜਾਣਗੇ ਜਿਵੇਂ ਅੱਜ ਇਹ ਕੁਝ ਨਹੀਂ ਬੋਲਦੇ ਉਸੇ ਤਰ੍ਹਾਂ ਕੱਲ ਨੂੰ ਵੀ ਨਹੀਂ ਬੋਲਣਗੇ ਰਹੀ ਗੱਲ ਪਿੰਡਾਂ ਦੇ ਲੋਕਾਂ ਦੀ ਜਿਹੜੇ ਬਚਣਗੇ ਉਹ ਕੁਝ ਲੋਕ ਇਹੋ ਜਿਹੇ ਆ ਜਿਹੜੇ ਪਾਰਟੀਆਂ ਦੇ ਮਗਰ ਲੱਗਦੇ ਆ ਪੂਛਾਂ ਨੂੰ ਜਦੋਂ ਮਿਲ ਜਾਂਦੀਆਂ ਆ ਫਲਾਨਾ ਪ੍ਰਧਾਨ ਆ ਉਹ ਪ੍ਰਧਾਨ ਆ ਇਹ ਪ੍ਰਧਾਨ ਇਹ ਭਾਈ ਪ੍ਰਧਾਨਗੀਆਂ ਦੇ ਮਗਰ ਪੈ ਜਾਣਗੇ ਰਹੀ ਗੱਲ ਕੁਝ ਲੋਕ ਜਿਹੜੇ ਗਰੀਬ ਲੋਕ ਉਹ ਇੰਨਾ ਲੋਕਾਂ ਦੇ ਮਗਰ ਲਾ ਕੇ ਜਿਹੜੀ ਵੀ ਪਾਰਟੀ ਅੱਗੇ ਆਇਆ ਕਰੂਗੀ ਉਹਨੂੰ ਵੋਟ ਪਾ ਦੇਣਗੇ ਪੰਜਾਬ ਦੇ ਪੱਲੇ ਕੀ ਰਹਿਣਾ ਰਹੀ ਗੱਲ ਬੋਲਣ-ਬੋਲਣ ਵਾਲਿਆਂ ਦੀ ਉਹ ਭਾਈ ਜਾਂ ਤਾਂ ਸਰਕਾਰ ਨਾਲ ਸਮਝੌਤੇ ਕਰਕੇ ਜੀਣਗੇ ਤੇ ਜਾਂ ਫਿਰ ਜੇਲਾ ਬਣੀਆਂ ਇਹ ਦੋ ਮਸਲੇ ਇੰਨਾ ਵਾਸਤੇ ਯਾਦ ਰੱਖ ਲੋ ਗੱਲ ਸਾਡੇ ਅੱਗੇ ਕੀ ਹੋਇਆ ਹੁਣ ਲੋਕ ਪਤਾ ਕੀ ਕਰਨਗੇ ਇੱਥੋਂ ਜਿਹੜੇ ਘਰਾਂ 'ਚ ਬੈਠੇ ਆ ਐ ਕਿਵੇਂ ਕਰ ਲੂਗਾ ਕੋਈ ਕਿਵੇਂ ਕਰ ਲੂਗਾ ਕੋਈ ਐ ਐ ਕਰਨ ਦੇ ਦੇਣਗੇ ਅਸੀਂ ਬਸ ਭਾਈ ਆਰਾਮ ਨਾਲ ਤੈਨੂੰ ਨਹੀਂ ਬੋਲਣ ਦੀ ਲੋੜ ਜਦੋਂ ਮੈਂ ਕਈਆਂ ਬੰਦਿਆਂ ਨੂੰ ਕਿਹਾ ਸੀ ਮੈਂ ਕਿਹਾ ਭਾਈ ਸਾਹਿਬ ਸਾਨੂੰ ਲੜਨ ਦੀ ਲੋੜ ਨਹੀਂ ਗਈ ਸਾਨੂੰ ਕਲਮ ਦੀ ਲੋੜ ਆ ਮੈਂ ਫਿਰ ਤਵਣਾ ਸਾਨੂੰ ਲੜਨ ਦੀ ਲੋੜ ਨਹੀਂ ਸਾਨੂੰ ਕਲਮ ਦੀ ਲੋੜ ਆ ਉਹ ਕਹਿੰਦੇ ਅੱਗੇ ਆਪਣੇ ਬੱਚਿਆਂ ਕੋਲ ਕਲਮਾ ਬਹੁਤ ਆ ਮੈਂ ਕਿਹਾ ਕਿਹਦੇ ਕੋਲ ਬਹੁਤ ਆ ਕਿਹੜਾ ਬੱਚਾ ਫਲਾਨਾ ਸਾਡੇ ਪਿੰਡੋਂ ਆ ਤਗੜ ਅਫਸਰ ਲੱਗਿਆ ਮੈਂ ਕਿਹਾ ਉਹ ਤੇਰਾ ਨਹੀਂਗਾ ਉਹ ਤੇਰਾ ਨਹੀਂਗਾ ਉਹ ਤੇਰਾ ਨਹੀਂਗਾ ਮੈਂ ਤੁਹਾਡੇ ਅਫਸਰ ਉਹਦੇ ਮੰਨੂਗਾ ਜਿੱਦੇ ਪਿੰਡਾਂ ਦੇ ਵਿੱਚੋਂ ਤੁਸੀਂ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਆਲਾ ਆ ਟੰਟਾ ਮਕਾ ਕੇ ਕਿਸੇ ਗਰੀਬ ਦੇ ਪੁੱਤ ਦੀ ਮਦਦ ਕੀਤੀ ਉਹ ਆਈਪੀਐਸ ਬਣਾਣਾ ਚਾਹੁੰਦਾ ਤੁਸੀਂ ਉਹਨੂੰ ਆਈਪੀਐਸ ਬਣਾਇਆ ਜੇ ਉਹ ਤਕੜਾ ਅਫਸਰ ਬਣਾਣਾ ਚਾਹੁੰਦਾ ਉਹਨੂੰ ਤਕੜਾ ਅਫਸਰ ਬਣਾਇਆ ਜੇਕਰ ਉਹ ਸੈਂਟਿਸਟ ਬਣਾਣਾ ਚਾਹੁੰਦਾ ਉਹਨੂੰ ਸੈਂਟਿਸਟ ਬਣਾਇਆ ਤਾਂ ਤੁਹਾਡਾ ਹੋਊਗਾ ਨਹੀਂ ਤਾਂ ਨਹੀਂ ਨੀ ਅਗਲਾ ਆਪਦਾ ਘਰ ਸੰਭੂਗਾ ਸਾਡੇ ਪੰਜਾਬ ਦੇ ਵਿੱਚ ਕਹ ਲੋ ਚਾਹ ਦੇਸ਼ ਦੇ ਵਿੱਚ ਕਹ ਲੋ ਕਿੰਨੇ ਡਾਕਟਰ ਆ ਤਾਂ ਵੀ ਲੋਕ ਬਿਨਾਂ ਇਲਾਜਾਂ ਤੋਂ ਮਰਦੇ ਆ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਹੋਟਲ ਆ ਜਿੱਥੇ ਰੋਟੀਆਂ ਆਪਾਂ ਕਹਿੰਨੇ ਹੁਟਾਬਾ ਕਿੰਨੇ ਢਾਬੇ ਆ ਕਿੰਨੇ ਰੈਸਟੋਰੈਂਟ ਤਗੜੇ ਤਗੜੇ ਆ ਕਿੱਡੇ ਮੈਲੂ ਸਾਰੇ ਆ ਤੇ ਫਿਰ ਵੀ ਉਸ ਹੋਟਲ ਦੇ ਸਾਹਮਣੇ ਉਸ ਢਾਬੇ ਦੇ ਸਾਹਮਣੇ ਤਾਂ ਵੀ ਜਿਹੜੇ ਲੋਕ ਆ ਉਹ ਭੁੱਖੇ ਪੈਂਦੇ ਆ ਇੰਨੀਆਂ ਰੋਟੀਆਂ ਹੋਣ ਦੇ ਬਾਵਜੂਦ ਵੀ ਕੁਝ ਲੋਕ ਭੁੱਖੇ ਪੈਣ ਇਸ ਦੇਸ਼ ਦੇ ਵਿੱਚ ਇੱਥੋਂ ਕੀ ਚੱਕਰਾ ਕਿ ਸਾਡੇ ਵਿੱਚੋਂ ਇਨਸਾਨੀਅਤ ਮੁੱਕ ਚੁੱਕੀ ਆ ਮੈਂ ਇੱਕ ਇਹ ਗੱਲ ਕਹਿਣੀ ਚਾਹੂੰਗਾ ਜੇ ਮੇਰੀ ਗੱਲ ਮਾਰੀ-ਮੋਟੀ ਵੀ ਕੋਈ ਗਰੀਬ ਸਮਝ ਕੇ ਸੁਣ ਲਵੇ ਤਾਂ ਇਹ ਭਾਈ ਸਾਹਿਬ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਇਹ ਥੋੜਾ ਵੀ ਕੋਈ ਵੀ ਨਾਲੇ ਗਲੇ ਵੀ ਆ ਕਿ ਕੋਈ ਪ੍ਰਮਾਤਮਾ ਨੂੰ ਚਿੱਠੀ ਲੈ ਕੇ ਨਹੀਂ ਆਉਂਦਾ ਕਿ ਮੈਨੂੰ ਆ ਧਰਮ ਦੇ ਵਿੱਚ ਭੇਜ ਦੋ ਮੈਨੂੰ ਆ ਜਾਤ ਦੇ ਵਿੱਚ ਭੇਜ ਦੋ ਮੈਨੂੰ ਆ ਫਲਾਨੇ ਘਰੇ ਭੇਜ ਦੋ ਜੇਕਰ ਕੋਈ ਆਪਸ਼ਨ ਹੁੰਦੀ ਤਾਂ ਸਾਰਿਆਂ ਨੇ ਆਪਦੀ ਮਨਮਰਜ਼ੀ ਨਾਲ ਕਹਿਣਾ ਸੀ ਤੇ ਅਮਬਾਨੀਆਂ ਦੇ ਘਰੇ ਲੈਣ ਲੱਗੀ ਹਣੀ ਸੀ ਯਾਦ ਰੱਖ ਲੋ ਗੱਲ ਜੇਕਰ ਪ੍ਰਮਾਤਮਾ ਚਿੱਠੀ ਲੈਂਦਾ ਹਾਂ ਦੱਸ ਬਈ ਤੈਨੂੰ ਮੈਂ ਇਸ ਟਾਈਮ ਇੰਡੀਆ ਦੇ ਵਿੱਚ ਭੇਜਣ ਲੱਗਿਆ ਕੀ ਦੇ ਘਰੇ ਜਾਣਾ ਕੀ ਲੈਣ ਜਾਣਾ ਕੀ ਕਰਨਾ ਤੂੰ ਉਹ ਅੱਗੋਂ ਕਹੂਗਾ ਆਪਸ਼ਨ ਦੱਸੋ ਇਹਨਾਂ ਚੋਂ ਅਮੀਰ ਬੰਦੇ ਕਿਹੜੇ ਆ ਉਹ ਕਹੂਗਾ ਗਰੀਬ ਹੋ ਗਏ ਨਾ ਨਾ ਅਮੀਰ ਬੰਦੇ ਦੱਸੋ ਕਹਣਗੇ ਆ ਫਲਾਣ ਨੇ ਫਲਾਣ ਨੇ ਫਲਾਣ ਨੇ ਫਲਾਣ ਨੇ ਕਰੇ ਕਿੰਨਾ ਪੈਸਿਆਂ ਦਾ ਇਹ ਇੰਨਾ ਕਿੰਨੇ ਐਸ਼ਵਰਾਮ ਆ ਇੰਨਾ ਇਹਦੇ ਕਰੇ ਕੀ ਜਾਤ ਨਹੀਂ ਜਾਤ ਜੂਤ ਕੋਈ ਨਹੀਂ ਹੁਣ ਪੈਸੇ ਵਾਲਾ ਉਧਰ ਜਾਣ ਦੇ ਸਾਨੂੰ ਰੱਬ ਨੂੰ ਕਿਹਾ ਕਰਨਾ ਸੀ ਵੇਖੋ ਇੱਧਰ ਹਾਂ ਜਾਤ ਕਿਹੜੀ ਕੋਈ ਜਾਤ ਜੂਤ ਨਹੀਂ ਤੁਸੀਂ ਜਾਤ ਜੂਤ ਨੂੰ ਛੱਡੋ ਅੱਗੋਂ ਬੰਦਾ ਕਹਿ ਰਿਹਾ ਪੈਸਾ ਹੈਗਾ ਉਹਦੇ ਕੋਲ ਫੁੱਲ ਆ ਬੱਚਾ ਉਹਦੇ ਕੋਲ ਪੈਸਾ ਉਹਦੇ ਕਰੇ ਭੇਜੋ ਫਿਰ ਕੰਮ ਇਹ ਆਉਣਾ ਸੀ ਫਿਰ ਕੋਈ ਜ਼ਿਆਦਾ ਮਸਲਾ ਨਹੀਂ ਸੀ ਕੱਲ ਅੱਜ ਕੀ ਹੋਇਆ ਕਿ ਉਸ ਬੀਜੇਪੀ ਦੇ ਆਗੂ ਨੇ ਮੁਆਫੀ ਮੰਗ ਲਈ ਆ ਮੁਆਫੀ ਮੰਗ ਲਈ ਆ ਕਿ ਮੇਰੇ ਮੂੰਹ ਦੇ ਵਿੱਚੋਂ ਪਤਾ ਨਹੀਂ ਇਹ ਸ਼ਬਦ ਕਿਵੇਂ ਨਿਕਲ ਗਏ ਭਾਈ ਸਾਹਿਬ ਜਿਸ ਤਰ੍ਹਾਂ ਹਰ ਇੱਕ ਨੂੰ ਆਪਦੇ ਬਾਪ ਦਾ ਗੁੱਸਾ ਹੁੰਦਾ ਉਸੇ ਤਰ੍ਹਾਂ ਸਾਨੂੰ ਵੀ ਗੁੱਸਾ ਹਾਂ ਮੈਂ ਇਹ ਵੀ ਕਹਿਣਾ ਹਰ ਪਿੰਡ ਦੇ ਵਿੱਚ ਪੰਜ ਪੰਜ 6 6 ਗੁਰਦੁਆਰੇ ਬਣਾਏ ਪਏ ਆ ਜੇਕਰ ਸਾਡੇ ਪੰਜਾਬ ਦੇ ਸਿੱਖ ਚੌਣ ਇੱਕ ਗੁਰਦੁਆਰਾ ਹੋ ਜੇ ਤੇ ਜਿਹੜੇ ਬਾਕੀ ਗੁਰਦੁਆਰਿਆਂ ਦੀ ਥਾਂ ਤੇ ਕਿਸੇ ਗਰੀਬ ਬੱਚਿਆਂ ਦੀ ਸਿੱਖਾਂ ਦੇ ਬੱਚਿਆਂ ਦੀ ਚਾਹੇ ਉਹ ਐਸਸੀ ਬੀਸੀ ਜਰਨਲ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਹੋਣ ਉਹ ਬੱਚਿਆਂ ਦੀ ਤਗੜੇ ਸਕੂਲਾਂ 'ਚ ਐਡਮਿਸ਼ਨਾਂ ਕਰਾਉਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਕਹਿ ਲਓ ਸਹਿਯੋਗ ਦੇਣ ਵਾਲੇ ਆਉਣਗੇ ਪਰ ਨਹੀਂ ਕੁਝ ਗੱਲਾਂ ਮੈਂ ਮੰਨਦਾ ਪਰ ਇੱਥੇ ਗੱਲ ਇਹ ਵੀ ਕਹੂੰਗਾ ਬੀਜੇਪੀ ਦੇ ਆਗੂ ਨੂੰ ਕਿ ਭਾਈ ਸਾਹਿਬ ਜਦੋਂ ਸਾਡੀ ਔਕਾਤ ਨਹੀਂ ਕੀ ਅਸੀਂ ਕਿਸੇ ਦੇ ਧਰਮ ਬਾਰੇ ਮਾੜਾ ਬੋਲ ਗਏ ਜਿਹੜਾ ਬੰਦਾ ਵੀ ਚਾਹੇ ਉਹ ਸਿੱਖ ਕਿਸੇ ਹਿੰਦੂ ਦੇ ਧਰਮ ਬਾਰੇ ਮਾੜਾ ਬੋਲਦਾ ਚਾਹੇ ਉਹ ਮਸੀਹ ਦੇ ਧਰਮ ਬਾਰੇ ਮਾੜਾ ਬੋਲਦਾ ਮੈਂ ਉਹ ਚੀਜ਼ ਦੀ ਨਿੰਦਿਆ ਕਰਦਾ ਚਾਹੇ ਉਹ ਹਿੰਦੂ ਕਿਸੇ ਦੇ ਧਰਮਾਂ ਬਾਰੇ ਬੋਲਦਾ ਮੈਂ ਉਹ ਚੀਜ਼ ਦੀ ਨਿੰਦਿਆ ਕਰਦਾ ਪਰ ਤੁਸੀਂ ਕਿਹਾ ਕਿ ਮੈਥੋਂ ਪਤਾ ਨਹੀਂ ਕਿਵੇਂ ਬੋਲਿਆ ਗਿਆ ਕੀ ਗੱਲ ਉਦੋਂ ਜਿਹੜੀ ਜੀਬ ਸੀ ਉਹ ਠੇਕੇ ਤੇ ਲੱਗੀ ਸੀ ਵੀ ਸਾਰਾ ਕੁਝ ਭੁੱਲ ਗਏ ਆਪਾਂ ਨਾਲ ਹੀ ਮੈਂ ਇਹ ਵੀ ਕਹਿ ਲੱਗਿਆ ਕਿ ਕੁਝ ਲੋਕ ਸ਼ਰਾਬ ਬੜੀ ਪੀ ਲੈਂਦੇ ਆ ਮੈਂ ਫਿਰ ਤੋਂ ਕਹਿ ਰਿਹਾ ਕੁਝ ਲੋਕ ਸ਼ਰਾਬ ਬੜੀ ਪੀ ਲੈਂਦੇ ਆ ਵਿਆਹਾਂ ਸ਼ਾਦੀਆਂ ਚ ਅਕਸਰ ਵੇਖਿਆ ਉਹ ਡਿੱਗਦੇ ਢੰਡੇ ਮੰਜਿਆਂ ਤੇ ਪਹੁੰਚ ਜਾਂਦੇ ਆ ਪਰ ਉਹ ਆਪਦੀ ਮਾਂ ਨੂੰ ਮਾਂ ਤੇ ਭੈਣ ਨੂੰ ਭੈਣ ਕਹਿੰਦੇ ਆ ਚਾਚੀ ਨੂੰ ਚਾਚੀ ਕਹਿੰਦੇ ਆ ਤੇ ਘਰ ਵਾਲੀ ਨੂੰ ਘਰ ਵਾਲੀ ਕਹਿੰਦੇ ਆ ਉਹਨ ਜੋ ਜਿਹਨੂੰ ਮਰਜ਼ੀ ਗਾਲਾਂ ਦੇਈ ਜਾਵੇ ਉਹਦੇ ਮਨ ਦੀ ਪੜਾਹ ਸੁੰਦੀ ਆ ਹੁਣ ਕੱਲ੍ਹ ਇਹ ਗੱਲ ਦਾ ਤਾਂ ਮੈਨੂੰ ਪਤਾ ਕਿ ਤੁਸੀਂ ਕੋਈ ਨਿਸ਼ਾਨ ਨਹੀਂ ਕੀਤਾ ਸੀ ਆਗੂ ਜੀ ਬੇਨਤੀ ਕਰਦਾ ਹੱਥ ਜੋੜ ਕੇ ਜੇ ਸਾਡੀ ਮੰਨ ਲਓਗੇ ਤਾਂ ਤੁਹਾਨੂੰ ਪਤਾ ਸੀ ਮੈਨੂੰ ਇਹ ਚੀਜ਼ੀ ਮੈਂ ਲਿਖ ਕੇ ਕਹਿਣਾ ਤੁਸੀਂ ਕੋਈ ਨਿਸ਼ਾਨ ਨਹੀਂ ਕੀਤਾ ਪਰ ਤੁਸੀਂ ਆਪਦੇ ਲੋਕਾਂ ਨੂੰ ਅੱਗੇ ਵੇਖ ਕੇ ਭਾਵੁਕ ਹੋ ਗਏ ਤੇ ਤੁਹਾਡੇ ਮਨ ਦੀ ਭਾਵਨਾਵਾਂ ਬਾਹਰ ਆ ਗਈ ਔਰ ਤੁਹਾਡੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਤੁਹਾਡੇ ਵਿੱਚ ਸ਼ੈਨਸ਼ੀਲਤਾ ਬਹੁਤ ਤਗੜੀ ਹੁੰਦੀ ਆ ਸਾਡੇ ਪੰਜਾਬੀ ਦਾ ਮਾਰਾ ਜੇ ਦਬਕਾ ਚੱਲੇ ਨਾ ਇਹ ਕਹਣਗੇ ਬੱਸ ਲੈ ਲਿਆ ਲੱਕੋ ਤੁਸੀਂ ਸਾਰਾ ਕੁਝ ਲੱਕੋ ਲੈ ਲੋਗੇ ਲੈ ਵੀ ਲਿਆ ਪਰ ਤੁਸੀਂ ਕਦੇ ਦਬਕਾ ਨਹੀਂ ਮਾਰਿਆ ਉਸੇ ਤਰ੍ਹਾਂ ਮੈਂ ਫਿਰ ਤੋਂ ਕਹਿ ਰਿਹਾ ਬੇਫਿਕਰੇ ਹੋ ਜੋ ਐਸਵਾਈਐਲ ਤੁਸੀਂ ਲੈ ਕੇ ਜਾਓਗੇ ਕਿਉਂਕਿ ਜਿਹੜੇ ਸਾਡੇ ਮੰਤਰੀ ਆ ਇਹਨਾਂ ਨੇ ਆਪਸੀ ਵਿੱਚ ਲੜੀ ਜਾਣਾ ਤੁਹਾਡੇ ਹੱਲ ਧਿਆਨ ਹੀ ਨਹੀਂ ਜਾਣਾ ਲੋਕਾਂ ਨੂੰ ਪਸਮਾਈ ਜਾਣਗੇ ਜਿਵੇਂ ਮੱਝਾਂ ਨਹੀਂ ਪਸਮਾਉਂਦੇ ਵੀ ਚੱਲੋਂ ਦੁੱਧ ਚੋਵਾਂਗੇ ਇਹਦਾ ਐਵੇਂ ਸਾਨੂੰ ਬਲੂਸੀ ਜਾਣਗੇ ਵੀ ਸਾਡਾ ਤੁਸੀਂ ਦੁੱਧ ਲੈਣਾ ਦੱਸ ਪੁੱਛਣ ਆਲਾ ਹੋਵੇ ਸਾਡੇ ਪੰਜਾਬ ਦੇ ਮੁੱਦੇ ਉਵੇਂ ਪਏ ਰਹਿੰਦੇ ਆ ਸਾਡੀ ਪੰਜਾਬ ਦੀ ਜਵਾਨੀ ਉਹ ਮਰੀ ਜਾਂਦੀ ਆ ਆਖੀਏ ਤੇ ਅਸੀਂ ਕੀ ਆਖੀਏ ਤੁਸੀਂ ਦੱਸੋ ਸਾਡੇ ਮੰਤਰੀਆਂ ਨੇ ਤਾਂ ਮੁੱਦਾ ਬਣਾਉਣਾ ਤੁਸੀਂ ਭਾਈ ਜੀ ਜੀ ਸਦਕੇ ਕਿਉਂਕਿ ਸਾਡੇ ਕੋਲ ਅਫਸਰ ਵੀ ਹੈਣਗੇ ਸਾਡੇ ਕੋਲ ਨੌਜਵਾਨੀ ਵੀ ਹੈਣੀਗੀ ਜੇ ਜੀ ਸੀ ਉਹ ਬਾਹਰ ਗਈ ਜਿਹੜੀ ਬੱਚੀ ਸੀ ਉਹ ਸ਼ਮਸ਼ਾਨ ਘਟ ਗਈ ਜਿਹੜੇ ਕੁਝ ਬੱਚੇ ਆ ਬੇਰੋਜ਼ਗਾਰ ਸੀ ਪੜ ਲੈ ਕੇ ਉਹ ਕਮਾਂਕਰਾਂ ਚ ਪੈ ਗਏ ਉਹਨਾਂ ਨੂੰ ਰੋਟੀ ਦਾ ਫਿਕਰ ਬਣਿਆ ਪਿਆ ਜਿਹੜੇ ਕੁਝ ਜਿਹੜੇ ਕੁਝ ਨੌਕਰੀਆਂ ਲੱਗ ਗਏ ਉਹ ਤੁਹਾਡੇ ਆ ਕਦੇ ਵੀ ਸਰਕਾਰ ਤੋਂ ਬਾਹਰ ਨਹੀਂ ਜਾਂਦੇ ਇਹ ਗੱਲ ਨੋਟ ਰੱਖੋ ਜੇ ਜਿਹੜੇ ਬਚ ਗਏ ਤੁਹਾਡੇ ਮੰਤਰੀ ਬਣਨਗੇ ਸਾਡੇ ਤਾਂ ਹੱਥਾਂ 'ਚ ਕੁਝ ਵੀ ਨਹੀਂ ਜਿਹੜੇ ਕੁਝ ਕੁਝ ਨਾਟ ਲੋਕ ਹੋਣਗੇ ਪਿੰਡਾਂ ਦੇ ਵਿੱਚ ਉਹ ਇਹਨਾਂ ਲੀਡਰਾਂ ਦੇ ਮਗਰ ਲੱਗਣਗੇ ਕਿਉਂਕਿ ਉਹਨਾਂ ਨੂੰ ਪੁੱਛਾ ਚਾਹੀਦਿਆਂ ਜਿਹੜੇ ਬਾਹਲੇ ਹੀ ਮੇਰੇ ਵਰਗੇ ਗਰੀਬ ਬੈਠੇ ਆ ਉਹ ਪੁੱਛ ਵਾਲਿਆਂ ਦੇ ਮਗਰ ਲੱਗਣਗੇ ਹਾਂਜੀ ਚਾਚਾ ਜੀ ਚਾਚੀ ਜੀ ਚਾਚਾ ਜੀ ਕਰੇ ਆ ਬਸ ਪੰਜਾਹ ਸਾਡੇ ਕੋਲ ਕਿੱਥੇ ਆ ਭੜੋ ਥੋੜਾ ਹੀ ਆ ਪਰ ਸਾਡੇ ਯਾਰ ਧਰਮ ਨੂੰ ਤਾਂ ਨਾ ਮਾੜਾ ਬੋਲੋ ਇੰਨੀ ਕੁ ਬੇਨਤੀ ਕਰੋ ਸਾਡੇ ਪੰਜਾਬੀ ਚਾਹੇ ਫੁਕਰੇ ਹੋਣ ਮਾਫੀ ਚਾਹੁੰਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਡੇ ਪੰਜਾਬੀ ਚਾਹੇ ਫੁਕਰੇ ਹੋਣ ਚਾਹੇ ਇਹ ਜਿਵੇਂ ਮਰਜੀ ਹੋਣ ਸਾਨੂੰ ਫਿਲਮਾਂ ਦੇ ਵਿੱਚ ਬਦਨਾਮ ਕੀਤਾ ਜਾਂਦਾ ਉਹ ਗਾਲੀ ਗਲੋਚ ਕਰਕੇ ਚਾਹੇ ਸਾਨੂੰ ਤੁਸੀਂ ਆ ਗਾਲੀ ਗਲੋਚ ਵਾਲਾ ਕਹਿ ਲੋ ਪਰ ਸਾਡੀ ਜਿਹੜੀ ਹੈਸੀਅਤ ਆ ਕੋਈ ਪੰਜ ਸੱਤ ਮਾੜੇ ਵੀ ਹੋਣਗੇ ਬਾਕੀ ਜਿਹੜੇ ਸਾਡੇ ਪੰਜਾਬੀ ਆ ਉਹ ਕਿਸੇ ਦੀਆਂ ਭਾਵਨਾਵਾਂ ਤੇ ਠੇਸ ਨਹੀਂ ਪਹੁੰਚਾਉਂਦੇ ਚਾਹੇ ਇਹਨਾਂ ਦਾ ਕੋਈ ਦੁਸ਼ਮਣ ਵੀ ਇਹਨਾਂ ਦੇ ਅੱਗੇ ਹੋਵੇ ਉਹਦੇ ਤੇ ਕਦੇ ਜੋ ਵਿਚਾਰਾ ਮੁਸੀਬਤ ਦੇ ਵਿੱਚ ਆ ਉਹਨੂੰ ਵੀ ਜਿਹੜਾ ਕਹਿ ਲੋ ਬਚਾ ਲੈਂਦੇ ਆ ਇਹ ਤਾਂ ਮੈਂ ਇਹਨਾਂ ਦੀਆਂ ਤੁਹਾਨੂੰ ਕੀ ਕੀ ਦੱਸਾਂ ਦਿੱਲੀ ਧਰਨੇ ਦੇ ਵਿੱਚ लाਠੀ ਚਾਰ ਜਿੰਨਾ ਤੇ ਹੁੰਦਾ ਸੀ ਤੇ ਸ਼ਾਮ ਨੂੰ ਤੇ ਸੁਬਹ ਨੂੰ ਰੋਟੀ ਵੀ ਇਹੀ ਖਵਾਉਂਦੇ ਸੀ ਉਹ ਇਹ ਆ ਸਾਡੇ ਪੰਜਾਬੀ ਸਾਨੂੰ ਤਾਂ ਜਿਵੇਂ ਇੱਕੋ ਜੰਗਲਾਂ ਦੇ ਵਿੱਚ ਆਦੀਵਾਸੀ ਹੁੰਦੇ ਆ ਸਾਨੂੰ ਤਾਂ ਉਹ ਸਮਝ ਲਿਆ ਪਰ ਅੱਜ ਸਾਡੇ ਆਪ ਦੇ ਕੁਝ ਲੋਕ ਨਾ ਸਮਝਿਆ ਕੁਝ ਕਰ ਨਹੀਂ ਸਕਦੇ ਉਹਨਾਂ ਦਾ ਜੇਕਰ ਭਗਵੰਤ ਮਾਨ ਨੂੰ ਵੀ ਪਤਾ ਲੱਗ ਜੇ ਚਾਹੇ ਉਹ ਕੈਪਟਨ ਮਰਿੰਦਰ ਸਿੰਘ ਨੂੰ ਪਤਾ ਲੱਗ ਜੇ ਚਾਹੇ ਉਹ ਰਾਜੇ ਵੜਿੰਗ ਨੂੰ ਪਤਾ ਲੱਗ ਜੇ ਚਾਹੇ ਉਹ ਸੁਖਬੀਰ ਬਾਦਲ ਨੂੰ ਪਤਾ ਲੱਗ ਜੇ ਤਾਂ ਪੰਜਾਬ ਇਹ ਬਚਾ ਲੈਣਾ ਪਰ ਇਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ ਕੀ ਕਰੀਏ ਚਲੋ ਜਿਵੇਂ ਲਿਖਿਆ ਜੀ ਪਰ ਮੈਂ ਬੀਜੇਪੀ ਵਾਲਿਆਂ ਨੂੰ ਇੰਨੀ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਜਿੱਤੋ ਅਸੀਂ ਤੁਹਾਡੇ ਨਾਲ ਪਰ ਸਾਡੇ ਧਰਮਾਂ ਤੇ ਠੇਸ ਨਾ ਪਚਾਓ ਸਾਨੂੰ ਪਤਾ ਕਿ ਤੁਸੀਂ ਜੋ ਤੁਹਾਡੀ ਸੋਚ ਆ ਪੂਰੀ ਹੋਊਗੀ ਅਫਸਰ ਤੁਹਾਡੇ ਕੋਲੇ ਆ ਮੰਤਰੀ ਤੁਹਾਡੇ ਕੋਲੇ ਆ ਸਭ ਕੁਝ ਤੁਹਾਡੇ ਕੋਲੇ ਆ ਸਾਡੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲੇ ਆ ਸਾਡੇ ਕੋਲ ਤਾਂ ਉਹ 1% ਵੀ ਹੈ ਨਹੀਂ ਗੀਆਂ ਅਸੀਂ ਤਾਂ ਭਾਈ ਸਾਹਿਬ ਵਿੱਚੋਂ ਵਿੱਚ ਹਰੇ ਪਏ ਆ ਪਰ ਅਸੀਂ ਪਤਾ ਨਹੀਂ ਕਿਉਂ ਮੁੱਛਾਂ ਨੂੰ ਵੱਟ ਚੜਾਈ ਜਾਂਦੇ ਆ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਬਹੁਤੇ ਲੋਕਾਂ ਨੂੰ ਇਹ ਮੇਰੀਆਂ ਗੱਲਾਂ ਵੀ ਸਮਝ ਨਹੀਂ ਆਉਣੀਆਂ ਪਰ ਤੁਸੀਂ ਸਮਝ ਗਏ ਤੁਸੀਂ ਸਮਝ ਗਏ ਆ ਤੁਹਾਨੂੰ ਵੀ ਕਹੂੰਗਾ ਜੀ ਦੋਨੇ ਹੱਥ ਜੋੜ ਕੇ ਬੋਲਿਆ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਕੋਈ ਮੈਂ ਗਲਤ ਬੋਲਿਆ ਹੋਵੇ ਮਾਫੀ ਚਾਹੁੰਨਾ ਪਰ ਮੈਂ ਉਹ ਤੁਹਾਡੇ ਬੀਜੇਪੀ ਦੇ ਆਗੂ ਤਰਾ ਇੰਨਾ ਮਾੜਾ ਨਹੀਂ ਬੋਲਿਆ ਜਿਹੜੇ ਮੇਰੇ ਵੀਰ ਬੀਜੇਪੀ ਦੇ ਆ ਗੱਲਾਂ ਸੁਣੀ ਜਾਂਦੇ ਆ ਮੈਂ ਕਿਸੇ ਦੇ ਕਿਸੇ ਵੀ ਧਰਮ ਦੇ ਨਾ ਤਾਂ ਮੇਰੀ ਔਕਾਤ ਨਹੀਂ ਕਿਸੇ ਦੇ ਖਿਲਾਫ ਬੋਲ ਸਕਾਂ ਨਾ ਮੈਂ ਬੋਲਾਂ ਮਹਾਰਾਜ ਜੇਕਰ ਕੋਈ ਮਾਰ ਆੜ ਕਿਤੇ ਪਲੀਆਂ ਕਰੀ ਜੇ ਕਿਤੇ ਬੋਲਿਆ ਵੀ ਗਿਆ ਹੋਵੇ ਤਾਂ ਦੋਨੇ ਹੱਥ ਜੋੜ ਕੇ ਕੰਨ ਫੜ ਕੇ ਮਾਫੀ ਚਾਉਣਾ ਪਰ ਮੈਨੂੰ ਯਾਦ ਆ ਚੰਗੀ ਤਰ੍ਹਾਂ ਮੈਂ ਕਿਸੇ ਵੀ ਧਰਮ ਦੇ ਕਦੇ ਨਹੀਂ ਬੋਲਿਆ ਜਿਵੇਂ ਆ ਬੀਜੇਪੀ ਦਾਗੂ ਬੋਲਿਆ ਬਾਅਦ ਦੇ ਵਿੱਚ ਮਾਫੀਆਂ ਕਿਉਂ ਮੰਗਣੀਆਂ ਵੇ ਇੱਕ ਗੱਲ ਸੀ ਬਸ ਉਹ ਜਦੋਂ ਜ਼ਖਮੀ ਕਰਤਾ ਤੁਹਾਡੇ ਬੋਲਾਂ ਨੇ ਹੁਣ ਸਾਡੇ ਪੱਲੇ ਕੀ ਆ ਇਹ ਸਾਡੇ ਜਿਹੜੇ ਪ੍ਰਧਾਨ ਆ ਉਹ ਸਮਝਣ ਕਿ ਭਾਈ ਇਹਨਾਂ ਨੇ ਕੀ ਗੱਲ ਕਹੀ ਆ ਹੁਣ ਬਾਕੀ ਕੋਈ ਗੱਲ ਨਹੀਂ ਜੀ ਇਹਨਾਂ ਨੇ ਵਿਚਾਰਿਆਂ ਨੇ ਕੁਝ ਕਿ ਫਿਰ ਮੈਂ ਤੁਹਾਨੂੰ ਬਹੁਤ ਕੁਝ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬਨ ਕੇ ਅਪੀਲ ਕਰਦਾ ਆਪਦੇ ਬੱਚਿਆਂ ਦੇ ਜਿਹੜੇ ਤੁਸੀਂ 2-2 ਲੱਖ ਰੁਪਇਆ ਵੱਡੇ ਮਨਾਉਨੇ ਆ ਐਸਾ ਟਿੰਟੂ ਦਾ ਵੱਡੇ ਆ ਮਿੰਟੂ ਦਾ ਵੱਡੇ ਆ ਸ਼ਿੰਦੇ ਦਾ ਵੱਡੇ ਆ 2 ਲੱਖ ਰੁਪਇਆ ਖਰਚਾ ਹੋ ਗਿਆ ਉਹ ਛੱਡ ਕੇ 2 ਲੱਖ ਰੁਪਇਆ ਦੇ ਨਾਲ 20 ਬੱਚਿਆਂ ਦੀ ਐਡਮਿਸ਼ਨਾਂ ਹੋਣ ਗਈਆਂ 20 ਬੱਚਿਆਂ ਦੀਆਂ ਉਹ ਤੁਸੀਂ ਆਏ ਸਾਲ ਵੱਡੇ ਮਨਾਈ ਜਾਓ ਜੇ ਤੁਸੀਂ 15 ਕ ਸਾਲ ਜਦੋਂ ਇਹੋ ਜਿਹਾ ਵੱਡੇ ਮਨਾਇਆ ਵੀ ਬੱਚਿਆਂ ਦੀਆਂ ਫੀਸਾਂ ਭਰੀਆਂ ਇਹ ਉਹਨਾਂ ਦੀ ਉਹ ਬੱਚੇ ਤੁਹਾਨੂੰ ਆਈਪੀਐਸ ਮਿਲਣਗੇ ਤੁਹਾਡੇ ਬੱਚੇ ਨੂੰ ਉਹ ਪਲਾਂ ਦਿਹਾੜੀਦਾਰ ਹੋਵੇ ਚਿੰਟੂ ਮਿੰਟੂ ਛਿੰਦਾ ਪਿੰਦਾ ਚੋਵੀ ਉਹਨੂੰ ਐ ਕਰਕੇ ਸਲੂਟ ਮਾਰਨਗੇ ਯਾਦ ਰੱਖੋ ਜੇ ਕਿਉਂਕਿ ਉਹ ਤੁਹਾਡੀ ਬਦੌਲਤ ਆਈਪੀਐਸ ਬਣੇ ਹੋਣਗੇ ਤੇ ਆਪਦੀ ਮਿਹਨਤ ਸਦਕਾ ਪ੍ਰਮਾਤਮਾ ਦੀ ਮਿਹਰ ਦੇ ਨਾਲ ਇਹ ਮੇਰੀ ਗੱਲ ਯਾਦ ਰੱਖੋ ਜੇ ਹੁਣ ਉਠੋ ਛੱਡੋ ਇਹਨਾਂ ਚੀਜ਼ਾਂ ਨੂੰ ਤੁਸੀਂ ਚਾਹੇ ਤੁਹਾਡੇ ਦੁਸ਼ਮਣ ਦਾ ਬੱਚਾ ਵੀ ਆ ਔਰ ਉਹਨੂੰ ਪੜ੍ਹਾਓ ਲਿਖਾਓ ਤਾਂ ਕਿ ਉਹ ਭਾਈ ਸਾਹਿਬ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ